ए प्रोग्राम प्राइम एशिया टीवी दी प्रॉपर्टी है। इस दे कंटेंट नू ऑडियो या फिर वीडियो रूप विच चोरी करके यूट्यूब फेसबुक या होर किसे माध्यम राही वर्तना कॉपीराइट कानून दी उल्लंघना है। अजिहा करन ते कानूनी कार्रवाई कीती जावेगी। ਪ੍ਰਾਈਮ ਏਸ਼ੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਭਾਰਤ ਦੇ ਵਿੱਚ ਥਾਂ ਥਾਂ ਦੇ ਉੱਤੇ ਧਾਰਮਿਕ ਥਾਂ ਬਣੀ ਹੋਈ ਹੈ। ਤੁਸੀਂ 4 ਕਦਮ ਪੁੱਟੋ ਤੁਹਾਨੂੰ ਕੋਈ ਮੰਦਰ ਮਿਲ ਜਾਵੇਗਾ, ਹੋਰ 4 ਕਦਮ ਪੁੱਟੋ ਤੁਹਾਨੂੰ ਕੋਈ ਡੇਰਾ ਲੱਭ ਜਾਏਗਾ, ਫਿਰ 4 ਕਦਮ ਪੁੱਟੋ ਤੁਹਾਨੂੰ ਕੋਈ ਨਾ ਕੋਈ ਮਸਜਿਦ ਲੱਭ ਜਾਏਗੀ, ਕੋਈ ਗਿਰਜਾਘਰ ਮਿਲ ਜਾਏਗਾ, ਕੋਈ ਗੁਰਦੁਆਰਾ ਮਿਲ ਜਾਏਗਾ। ਪਰ ਇੰਨੇ ਧਾਰਮਿਕ ਥਾਂ ਹੋਣ ਦੇ ਬਾਵਜੂਦ ਭਾਰਤ ਦੇ ਵਿੱਚ ਇਨਸਾਨੀਅਤ ਨਹੀਂ ਹੈ ਤਾਂ ਮਤਲਬ ਇਹਦਾ ਇੱਕੋ ਹੀ ਆ ਕਿ ਅਸੀਂ ਇਮਾਰਤਾਂ ਬਣਾਉਣ ਦੇ ਵਿੱਚ ਯਕੀਨ ਰੱਖਿਆ, ਅਸੀਂ ਕਿਸੇ ਵੀ ਧਰਮ ਦੇ ਸਿਧਾਂਤਕ ਤੌਰ ਦੇ ਉੱਤੇ ਗੱਲ ਮੰਨਣ ਦੇ ਵਿੱਚ ਯਕੀਨ ਨਹੀਂ ਰੱਖਿਆ, ਅਸੀਂ ਕਿਸੇ ਵੀ ਧਰਮ ਗ੍ਰੰਥ ਦੇ ਵਿੱਚ ਲਿਖੀ ਹੋਈ ਕਿਸੇ ਗੱਲ ਦੇ ਉੱਤੇ ਅੱਜ ਤੱਕ ਅਮਲ ਨਹੀਂ ਕੀਤਾ, ਜਿਹਦੇ ਕਰਕੇ ਬੰਦਾ ਬੰਦਾ ਨਹੀਂ ਰਿਹਾ, ਸਿਰਫ਼ ਅਤੇ ਸਿਰਫ ਰੋਬਟ ਬਣ ਚੁੱਕਿਆ। ਅਸੀਂ ਧਾਰਮਿਕ ਥਾਂ 'ਤੇ ਜਾਂਦੇ ਹਾਂ, 10 ਰੁਪਈਏ ਦਾ ਸਿੱਕਾ ਸੁੱਟਦੇ ਹਾਂ ਅਤੇ ਬਾਅਦ ਦੇ ਵਿੱਚ 1 ਕਰੋੜ ਰੁਪਈਆ ਮੰਗ ਲੈਂਦੇ ਹਾਂ। ਇਹ ਸਾਡੀ ਮੰਗ ਖੋਰੀ ਜਿਹੜੀ ਸੋਚ ਹੈ ਇਹਦਾ ਪ੍ਰਤੀਕ ਹੈ। ਸੋ ਮੈਂ ਕਦੇ ਕਦੇ ਦੋਸਤੋ ਇਹ ਗੱਲ ਸੋਚਦਾ ਕਿ ਇਸ ਵਕਤ ਭਾਰਤ ਦੇ ਵਿੱਚ ਜਦੋਂ ਗਰੀਬੀ ਬਹੁਤ ਹੈ, ਭਾਰਤ ਦੇ ਵਿੱਚ ਜਦੋਂ ਬਿਮਾਰੀਆਂ ਬਹੁਤ ਨੇ, ਭਾਰਤ ਦੇ ਵਿੱਚ ਕੁਪੋਸ਼ਣ ਦੇ ਸ਼ਿਕਾਰ ਬੱਚੇ ਬਹੁਤ ਨੇ, ਬਜ਼ੁਰਗਾਂ ਦਾ ਬੁਢਾਪਾ ਰੁਲ ਰਿਹਾ, ਇਸ ਵਕਤ ਭਾਰਤ ਦੇ ਵਿੱਚ ਬੇਰੁਜ਼ਗਾਰੀ ਬੇਹੱਦ ਹੈ, ਕੁੜੀਆਂ ਚਿੜੀਆਂ ਦੀਆਂ ਲੋੜਾਂ ਬਹੁਤ ਨੇ, ਭਾਰਤ ਦੇ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਹੈ, ਭਾਰਤ ਦੇ ਵਿੱਚ ਵੈਸੇ ਹਰ ਚੀਜ਼ ਦੀ ਘਾਟ ਹੈ, ਤਾਂ ਫਿਰ ਅਸੀਂ ਧਾਰਮਿਕ ਥਾਵਾਂ ਬਣਾਉਣ ਦੇ ਵੱਲ ਜ਼ੋਰ ਕਿਉਂ ਦਿੰਦੇ ਹਾਂ? ਅਸੀਂ ਇਹਨਾਂ ਅਲਾਮਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਜਿਹੜੀਆਂ ਭਾਰਤ ਵਾਸੀਆਂ ਨੂੰ ਆਜ਼ਾਦੀ ਤੋਂ ਬਾਅਦ ਅੱਜ ਤੱਕ ਚਿੰਬੜੀਆਂ ਹੋਈਆਂ? ਮੈਂ ਇੱਕ ਪਿੰਡ ਦੇ ਵਿੱਚ ਪਿਛਲੇ ਦਿਨੀ ਗਿਆ ਸੀ, ਪਿੰਡ ਦੇ ਵਿੱਚ ਐਂਟਰ ਕੀਤਾ ਤਾਂ 5 ਗੁਰਦੁਆਰਿਆਂ ਦੇ ਵਿੱਚੋਂ ਸਪੀਕਰਾਂ ਦੀ ਆਵਾਜ਼ ਕੰਨਾਂ ਨੂੰ ਪਾੜਨ ਲੱਗ ਪਈ। ਮੇਰਾ ਫੋਨ ਆ ਰਿਹਾ ਸੀ ਪਰ ਮੈਂ ਆਪਣਾ ਫੋਨ ਸੁਣ ਨਹੀਂ ਸਕਿਆ ਕਿਉਂਕਿ ਕੰਨ ਪਈ ਆਵਾਜ਼ ਨਹੀਂ ਸੀ ਸੁਣਦੀ। ਮੈਂ ਉੱਥੇ ਭੁਚੱਕਾ ਜਿਹਾ ਰਹਿ ਗਿਆ ਵੀ ਬਣ ਕੀ ਗਿਆ, ਇੰਨਾ ਸ਼ੋਰ ਸ਼ਰਾਬਾ, ਇੰਨਾ ਸ਼ੋਰ ਪ੍ਰਦੂਸ਼ਣ। ਜੇ ਕਿਸੇ ਨੂੰ ਕਹਿੰਦੇ ਹਾਂ ਕਿ ਇਹ ਸ਼ੋਰ ਪ੍ਰਦੂਸ਼ਣ ਬੰਦ ਹੋਣਾ ਚਾਹੀਦਾ ਤਾਂ ਅੱਗੋਂ ਜਵਾਬ ਮਿਲਦਾ ਇਹ ਨਾਸਤਕ ਹੈ, ਇਹਨਾਂ ਨੂੰ ਅਕਲ ਨਹੀਂ, ਇਹ ਧਰਮ ਦੇ ਵਿੱਚ ਯਕੀਨ ਨਹੀਂ ਰੱਖਦੇ। ਮੈਂ ਅੱਗੋਂ ਇਹ ਸਵਾਲ ਕਰਦਾ ਹੁੰਦਾ ਕਿ ਕੀ ਤੁਸੀਂ ਸਮਝਿਆ ਵੀ ਰੱਬ ਤੁਹਾਡਾ ਇੰਨਾ ਬੋਲਾ ਹੋ ਚੁੱਕਿਆ ਜਿਹਨੂੰ ਇੰਨੇ ਸਪੀਕਰਾਂ ਦਾ ਰੌਲਾ ਰੱਪਾ ਸੁਣਾ ਕੇ ਤੁਸੀਂ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ? ਫਿਰ ਮੈਂ ਉਸ ਪਿੰਡ ਦਾ ਦੌਰਾ ਕੀਤਾ, ਪੂਰੇ ਪਿੰਡ ਦੀਆਂ ਗਲੀਆਂ ਦੇ ਵਿੱਚ ਤੁਰ ਫਿਰ ਕੇ ਦੇਖਿਆ, ਇੱਕ ਵੀ ਲਾਇਬ੍ਰੇਰੀ ਉਸ ਪਿੰਡ ਦੇ ਵਿੱਚ ਨਹੀਂ। ਯਾਨੀ ਕਿ ਗਿਆਨ ਵਧਾਉਣ ਵਾਲੀ ਗੱਲ ਉਸ ਪਿੰਡ ਦੇ ਵਿੱਚ ਕੀਤੀ ਹੀ ਨਹੀਂ ਜਾ ਸਕਦੀ ਜਿੱਥੇ ਲਾਇਬ੍ਰੇਰੀ ਨਾ ਹੋਵੇ। ਪਿੰਡ ਦੇ ਵਿੱਚ ਇੱਕ ਵੀ ਡਿਸਪੈਂਸਰੀ ਜਾਂ ਹਸਪਤਾਲ ਨਹੀਂ, ਅਤੇ ਮੈਂ ਅੱਜ ਤੱਕ ਸੋਚ ਰਿਹਾ ਕਿ ਪਿੰਡਾਂ ਦੇ ਵਿੱਚ ਪੱਤੀਆਂ ਦੇ ਹਿਸਾਬ ਦੇ ਨਾਲ ਕਿੜਾਂ ਕੱਢਣ ਦੇ ਲਈ ਪ੍ਰਧਾਨਗੀਆਂ ਦੇ ਚੱਕਰ ਦੇ ਵਿੱਚ ਕਮੇਟੀਆਂ ਦੀ ਚੌਧਰ ਦੇ ਵਿੱਚ ਵੱਖੋ ਵੱਖਰੇ ਗੁਰਦੁਆਰੇ ਮੰਦਰ ਮਸਜਿਦਾਂ ਬਣ ਚੁੱਕੇ ਨੇ, ਪਰ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ, ਪਿੰਡਾਂ ਦੇ ਵਿੱਚ ਹਾਇਰ ਸੈਕੰਡਰੀ ਸਕੂਲ, ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਬਣਾਉਣ ਦੀ ਕੋਈ ਲੋੜ ਨਹੀਂ ਸਮਝੀ ਜਾ ਰਹੀ। ਜਿਵੇਂ ਕਿ ਇਹ ਸਮਝਿਆ ਜਾ ਰਿਹਾ ਹੋਵੇ ਕਿ ਧਰਮ ਤਾਂ ਹੀ ਬਚਦਾ ਜੇਕਰ ਬਿਲਡਿੰਗਾਂ ਵੱਡੀਆਂ ਹੋਣਗੀਆਂ। ਮੈਂ ਹਮੇਸ਼ਾ ਵਿਦੇਸ਼ਾਂ ਦੇ ਵਿੱਚ ਵਸਦੇ ਭੈਣਾਂ ਵੀਰਾਂ ਨੂੰ ਇਹ ਬੇਨਤੀ ਕੀਤੀ ਆ, ਹਰ ਥਾਂ 'ਤੇ ਕਹਿਣਾ, ਕਈ ਲੋਕ ਇਹ ਵੀ ਗੱਲ ਕਹਿੰਦੇ ਆ ਇਹ ਨਾਸਤਕ ਆ, ਇਹਨਾਂ ਨੂੰ ਸਮਝ ਨਹੀਂ। ਮੈਨੂੰ ਇਹਨਾਂ ਗੱਲਾਂ ਦੀ ਬਹੁਤੀ ਪਰਵਾਹ ਵੀ ਨਹੀਂ ਕੀ ਕਹਿੰਦੇ ਨੇ, ਪਰ ਮੈਂ ਤਰਕ ਦੇ ਨਾਲ ਗੱਲ ਕਰਨ ਦੇ ਵਿੱਚ ਯਕੀਨ ਰੱਖਦਾ ਹਾਂ ਕਿ ਇਸ ਵਕਤ ਭਾਰਤ ਦੇ ਵਿੱਚ ਕਿਸੇ ਗੁਰਦੁਆਰੇ ਦੀ ਨਵੇਂ ਨੂੰ ਨਿਰਮਾਣ ਕਰਨ ਦੀ ਲੋੜ ਨਹੀਂ, ਮੰਦਰ ਮਸਜਿਦ ਦੀ ਜ਼ਰੂਰਤ ਨਹੀਂ, ਉਹਦੀ ਥਾਂ ਦੇ ਉੱਤੇ ਲੋੜਵੰਦਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ। ਜਿਹੜੇ ਲੋਕ 2 ਵੇਲੇ ਦੀ ਰੋਟੀ ਤੋਂ ਆਤੁਰ ਨੇ ਉਹਨਾਂ ਦੀ ਮਦਦ ਕਰਨ ਦੀ, ਉਹਨਾਂ ਦੀ ਬਾਂਹ ਫੜਨ ਦੀ ਜ਼ਰੂਰਤ ਹੈ। ਅਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਵਕਤ ਲੰਗਰ ਆ ਜਿਹੜਾ ਉਹ ਦਵਾਈਆਂ ਦਾ ਲੱਗਣਾ ਚਾਹੀਦਾ, ਇਸ ਵਕਤ ਗਰੀਬਾਂ ਦੀ ਬਾਂਹ ਫੜਨੀ ਚਾਹੀਦੀ ਹੈ। ਅਤੇ ਵਿਦੇਸ਼ਾਂ ਦੇ ਵਿੱਚ ਜਿਹੜੇ ਭੈਣਾਂ ਵੀਰ ਬੈਠੇ ਨੇ ਉਹਨਾਂ ਨੂੰ ਵੀ ਧਾਰਮਿਕ ਥਾਵਾਂ ਬਣਾਉਣ ਦੇ ਲਈ ਪੈਸੇ ਭੇਜਣ ਦੀ ਥਾਂ ਦੇ ਉੱਤੇ ਮਨੁੱਖਤਾ ਦੇ ਉੱਤੇ ਪੈਸੇ ਖਰਚ ਕਰਨ ਦੇ ਵੱਲ ਧਿਆਨ ਦੇਣਾ ਚਾਹੀਦਾ। ਅਤੇ ਹੁਣ ਚੱਲਦੇ ਦੋਸਤੋ ਪਹਿਲੀ ਖਬਰ ਦੇ ਵੱਲ, ਕਿਉਂਕਿ ਗੰਗਾ ਨਦੀ ਦਾ ਮਾਮਲਾ ਇੱਕ ਵਾਰ ਫਿਰ ਉੱਠਿਆ। ਗੰਗਾ ਕਿੰਨੀ ਪਵਿੱਤਰ ਨਦੀ ਆ, ਆਪਾਂ ਬੜਾ ਕੁਝ ਅੱਜ ਤੱਕ ਇਤਿਹਾਸ ਦੇ ਵਿੱਚ ਇਹਦੇ ਬਾਰੇ ਪੜ੍ਹਿਆ, ਪਰ ਪਤਾ ਇਹ ਵੀ ਲੱਗਦਾ ਆਪਾਂ ਨੂੰ ਕਿ ਗੰਗਾ ਨਦੀ ਸਭ ਤੋਂ ਵੱਧ ਮੈਲੀ ਕੀਤੀ ਗਈ ਹੈ, ਲੋਕਾਂ ਦੇ ਵੱਲੋਂ ਹੀ ਮੈਲੀ ਕੀਤੀ ਗਈ ਆ, ਹੋਰ ਤਾਂ ਕਿਸੇ ਨੇ ਆ ਕੇ ਮੈਲੀ ਕੀਤੀ ਨਹੀਂ। ਜਦੋਂ ਤੋਂ ਮੋਦੀ ਸਰਕਾਰ ਆਈ ਹੈ ਇਹਨਾਂ ਨੇ ਗੰਗਾ ਨਦੀ ਨੂੰ ਪਵਿੱਤਰ ਕਰਨ ਦੇ ਲਈ ਮੁਹਿੰਮ ਵੀ ਛੇੜੀ ਹੈ, ਸੈਂਕੜੇ ਕਰੋੜ ਰੁਪਈਆ ਇਹਦੇ ਉੱਤੇ ਖਰਚ ਕੀਤਾ ਜਾ ਚੁੱਕਿਆ। ਪਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਹੁਣ ਇਹ ਗੱਲ ਕਹੀ ਗਈ ਹੈ ਕਿ ਇੰਨੇ ਪੈਸੇ ਖਰਚ ਕਰਨ ਦੇ ਬਾਵਜੂਦ ਗੰਗਾ ਨਦੀ ਦੀ ਹਾਲਤ ਜਿਉਂ ਦੀ ਤਿਉਂ ਆ, ਇਹਦੇ ਵਿੱਚ ਕੋਈ ਬਹੁਤਾ ਸੁਧਾਰ ਆਇਆ ਨਹੀਂ। ਆਪਾਂ ਜਾਣਦੇ ਹਾਂ ਕਿ ਉਮਾ ਭਾਰਤੀ ਨੇ ਵੀ ਮੁਹਿੰਮ ਚਲਾਈ, ਪਰ ਗੱਲ ਪਹਿਲਾਂ ਵਾਲੀ ਥਾਂ ਦੇ ਉੱਤੇ ਖੜੀ ਹੈ। ਪਾਣੀ ਦੇ ਸੋਮੇ ਬਚਾਉਣ ਤੋਂ ਅਸੀਂ ਵੈਸੇ ਵੀ ਬਹੁਤ ਬਾਗੀ ਹਾਂ,
ਅਤੇ ਗੰਗਾ ਨਦੀ ਨੂੰ ਅਸੀਂ ਪਵਿੱਤਰ ਰੱਖਣ ਦੀ ਗੱਲ ਤਾਂ ਕਰਦੇ ਹਾਂ ਪਰ ਆਪਣੀ ਜ਼ਿੰਮੇਵਾਰੀ ਕਦੇ ਨਹੀਂ ਨਿਭਾਈ। ਇਸ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਹਦਾਇਤ ਜਾਰੀ ਕੀਤੀ ਹੈ ਕਿ ਗੰਗਾ ਨਦੀ ਦੇ 500 ਮੀਟਰ ਦੇ ਘੇਰੇ ਦੇ ਵਿੱਚ ਜੇਕਰ ਕਚਰਾ ਕੂੜਾ ਕਰਕਟ ਸੁੱਟਿਆ ਗਿਆ ਤਾਂ 50,000 ਰੁਪਈਆ ਜੁਰਮਾਨਾ ਹੋਊਗਾ ਜਿਹਨੇ ਇਹ ਸੁੱਟਿਆ। ਅਤੇ ਇਸ ਰਿਪੋਰਟ ਦਾ ਵੇਰਵਾ ਇਸ ਤਰੀਕੇ ਨਾਲ ਪ੍ਰਾਪਤ ਹੋਇਆ ਕਿ ਗੰਗਾ ਨੂੰ ਨਿਰਮਲ ਬਣਾਉਣ ਦੇ ਸਰਕਾਰ ਦੇ ਖਾਸ਼ੀ ਨਮਾਮੇ ਗੰਗਾ ਪ੍ਰੋਗਰਾਮ ਉੱਤੇ ਸਵਾਲ ਕਰਦਿਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਕਿ 2 ਸਾਲ ਵਿੱਚ 7,000 ਕਰੋੜ ਰੁਪਈਏ ਖਰਚ ਹੋਣ ਦੇ ਬਾਵਜੂਦ ਇਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। NGT ਨੇ ਗੰਗਾ ਨੂੰ ਨਿਰਮਲ ਬਣਾਉਣ ਲਈ ਇਤਿਹਾਸਿਕ ਫੈਸਲਾ ਸੁਣਾਉਂਦਿਆਂ ਨਦੀ ਦੇ ਕਿਨਾਰੇ ਤੋਂ 100 ਮੀਟਰ ਦੀ ਦੂਰੀ ਤੱਕ ਦੇ ਇਲਾਕੇ ਨੂੰ ਨੋ ਡਿਵੈਲਪਮੈਂਟ ਜ਼ੋਨ ਐਲਾਨ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਗੰਗਾ ਦੇ ਕਿਨਾਰੇ ਇਸ ਖੇਤਰ ਵਿੱਚ ਕਿਸੇ ਤਰ੍ਹਾਂ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ। 32 ਸਾਲ ਪੁਰਾਣੇ ਮਾਮਲੇ ਉੱਤੇ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਨੇ ਇਹ ਫੈਸਲਾ ਸੁਣਾਇਆ ਹੈ। NGT ਨੇ ਗੰਗਾ ਨਦੀ ਤੋਂ 500 ਮੀਟਰ ਦੀ ਦੂਰੀ ਤੱਕ ਕਚਰਾ ਸੁੱਟਣ ਉੱਤੇ ਹਰ ਵਾਰ 50,000 ਰੁਪਈਆ ਜੁਰਮਾਨਾ ਲਾਉਣ ਦਾ ਹੁਕਮ ਦਿੱਤਾ ਹੈ। ਕਾਨਪੁਰ ਦੇ ਨੇੜੇ ਜੱਜ ਮਾਊ ਤੋਂ ਗੰਗਾ ਕਿਨਾਰੇ ਡਿੱਗਣ ਵਾਲੀ ਖਤਰਨਾਕ ਕ੍ਰੋਮੀਅਮ ਵਾਲੀ ਗੰਦਗੀ ਨੂੰ ਰੋਕਣ ਲਈ ਟੈਨਰੀਓ ਦੀ ਐਸੋਸੀਏਸ਼ਨ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ 6 ਹਫ਼ਤਿਆਂ ਵਿੱਚ ਕੰਮ ਯੋਜਨਾ ਬਣਾਉਣ ਦੇ ਲਿਖਿਆ ਗਿਆ ਹੈ। NGT ਨੇ ਸਾਫ਼ ਕਿਹਾ ਹੈ ਕਿ ਜੇਕਰ ਉਹਨਾਂ ਦੇ ਹੁਕਮ ਦੇ ਉੱਤੇ ਅਮਲ ਨਹੀਂ ਕੀਤਾ ਜਾਂਦਾ ਤਾਂ ਇਸ ਤੋਂ ਵੀ ਸਖ਼ਤ ਕਾਰਵਾਈ ਹੋਏਗੀ। NGT ਨੇ ਹਰਿਦੁਆਰ ਤੋਂ ਉਨਾਵ ਵਿਚਕਾਰ ਗੰਗਾ ਨੂੰ ਸਵੱਛ ਬਣਾਉਣ ਲਈ ਯੋਜਨਾ ਪੇਸ਼ ਕਰਦਿਆਂ ਇਹ ਇਤਿਹਾਸਕ ਫੈਸਲਾ ਸੁਣਾਇਆ ਹੈ। NGT ਦੇ ਮੁਖੀ ਜਸਟਿਸ ਸਵਤੰਤਰ ਕੁਮਾਰ ਨੇ 543 ਸਫ਼ਿਆਂ ਦੇ ਆਪਣੇ ਆਦੇਸ਼ ਵਿੱਚ ਕਿਹਾ ਕਿ ਗੰਗਾ ਦੇਸ਼ ਦੀਆਂ ਪਵਿੱਤਰ ਨਦੀਆਂ ਵਿੱਚੋਂ ਇੱਕ ਹੈ। ਅਜਿਹੇ ਹਾਲਾਤ ਵਿੱਚ ਇਸ ਦੇ ਨਿਰਵਿਘਨ ਪ੍ਰਵਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ, ਗੰਗਾ ਕਿਉਂਕਿ ਇੱਕ ਧਾਰਮਿਕ ਨਦੀ ਹੈ, ਇਹਦੀ ਧਾਰਮਿਕ ਆਸਥਾ ਬਹੁਤ ਅਹਿਮੀਅਤ ਵਾਲੀ ਹੈ, ਇਸ ਕਰਕੇ ਅਸੀਂ ਗੰਗਾ ਨਦੀ ਦੀ ਚਰਚਾ ਅਕਸਰ ਕਰਦੇ ਹਾਂ। ਇਸ ਤੋਂ ਪਹਿਲਾਂ ਵੀ ਕਈ ਵਾਰ ਖਬਰਾਂ ਦੇ ਵਿੱਚ ਚਰਚਾ ਕੀਤੀ ਹੈ, ਪਰ ਮੇਰੇ ਖਿਆਲ ਦੇ ਮੁਤਾਬਕ ਸਾਰੀਆਂ ਹੀ ਨਦੀਆਂ ਨੂੰ, ਸਾਰੇ ਹੀ ਦਰਿਆਵਾਂ ਨੂੰ, ਸਾਰੇ ਹੀ ਟੋਭਿਆਂ ਨੂੰ, ਸਾਰੇ ਹੀ ਤਲਾਬਾਂ ਨੂੰ, ਸਾਰੀ ਜੋ ਪਾਣੀ ਦਾ ਕੋਈ ਵੀ ਸੋਮਾ ਹੋਵੇ ਉਹਨੂੰ ਬਚਾਉਣ ਦੀ ਇਸ ਵਕਤ ਭਾਰਤ ਦੇ ਵਿੱਚ ਲੋੜ ਹੈ, ਕਿਉਂਕਿ ਪਾਣੀ ਇੱਕ ਨਾ ਨਵਿਆਉਣ ਯੋਗ ਸੋਮਾ। ਇਸ ਕਰਕੇ ਅਸੀਂ ਗੰਗਾ ਨਦੀ ਦੀ ਪਵਿੱਤਰਤਾ ਦੇ ਨਾਲ ਨਾਲ ਬਾਕੀ ਪਾਣੀ ਦੇ ਸੋਮਿਆਂ ਦੀ ਵੀ ਪਵਿੱਤਰਤਾ ਦਾ ਜੇਕਰ ਖਿਆਲ ਰੱਖਾਂਗੇ ਤਾਂ ਹੀ ਅਸੀਂ ਭਵਿੱਖ ਦੇ ਵਿੱਚ ਪਾਣੀ ਬਚਾ ਸਕਦੇ ਹਾਂ। ਨਹੀਂ ਤਾਂ ਜਿਵੇਂ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ, ਪੰਜਾਬ ਦੇ ਕਈ ਹਿੱਸੇ ਡਾਰਕ ਜ਼ੋਨ ਐਲਾਨੇ ਜਾ ਚੁੱਕੇ ਆ, ਇਸ ਹਿਸਾਬ ਦੇ ਨਾਲ ਅਸੀਂ ਪਾਣੀ ਤੋਂ ਵਾਂਝੇ ਹੋ ਜਾਵਾਂਗੇ ਅਤੇ ਆਉਂਦੀਆਂ ਜ਼ਿੰਦਗੀਆਂ ਦੇ ਲਈ ਪਾਣੀ ਦੀ ਘਾਟ ਕਰਕੇ ਜਿਉਣਾ ਸੰਭਵ ਨਹੀਂ ਹੋਣਾ। ਕਿਉਂਕਿ ਜੇਕਰ ਪਾਣੀ ਨਹੀਂ ਤਾਂ ਫਿਰ ਮਨੁੱਖ ਦੀ ਹੋਂਦ ਕਿਸ ਤਰੀਕੇ ਨਾਲ ਹੋ ਸਕਦੀ ਹੈ, ਧਰਤੀ ਦੇ ਉੱਤੇ ਰਹਿਣ ਵਾਲੇ ਜੀਵ ਜੰਤੂ ਕਿਵੇਂ ਇੱਥੇ ਰਹਿ ਸਕਦੇ ਨੇ। ਇਸ ਕਰਕੇ ਪਾਣੀ ਨੂੰ ਬਚਾਉਣ ਦੀ ਬੜੀ ਲੋੜ ਹੈ। ਸੋ ਮੋਦੀ ਸਰਕਾਰ ਨੇ ਜਿਹੜਾ ਗੰਗਾ ਨਦੀ ਨੂੰ ਬਚਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਉਹਦੇ ਉੱਤੇ 1,000 ਕਰੋੜ ਰੁਪਈਆ ਖਰਚ ਕਰਨ ਦੇ ਬਾਵਜੂਦ ਵੀ ਜੇਕਰ ਗੰਗਾ ਨਦੀ ਦੀ ਪਵਿੱਤਰਤਾ ਬਰਕਰਾਰ ਨਹੀਂ, ਇਹਦੇ ਵਿੱਚ ਅੱਜ ਵੀ ਗੰਦਗੀ ਸੁੱਟੀ ਜਾ ਰਹੀ ਹੈ, ਤਾਂ ਮਤਲਬ ਇਹ ਹੈ ਕਿ ਭਾਵੇਂ 1,00,000 ਕਰੋੜ ਰੁਪਈਆ ਖਰਚ ਲਈਏ ਅਸੀਂ ਕਿਸੇ ਯੋਜਨਾ ਦੇ ਉੱਤੇ, ਪਰ ਜੇਕਰ ਮਨੁੱਖ ਦੇ ਸੁਭਾਅ ਦੇ ਵਿੱਚ ਤਬਦੀਲੀ ਨਹੀਂ ਆਉਂਦੀ ਤਾਂ ਕਿਸੇ ਵੀ ਕੰਮ ਦੇ ਵਿੱਚ ਸਾਨੂੰ ਸਫਲਤਾ ਨਹੀਂ ਮਿਲ ਸਕਦੀ। ਭਾਰਤ ਦੇ ਵਿੱਚ ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਡਰਦੇ ਕਰਕੇ ਤਾਂ ਇੱਥੇ ਕੁਝ ਨਾ ਕੁਝ ਅਸੀਂ ਕਰ ਸਕਦੇ ਹਾਂ, ਪਰ ਆਪਣੀ ਨੈਤਿਕ ਕਦਰਾਂ ਕੀਮਤਾਂ ਦਾ ਖਿਆਲ ਨਹੀਂ ਰੱਖ ਸਕਦੇ, ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਪਾਲਦਿਆਂ ਅਸੀਂ ਕੋਈ ਵੀ ਕੰਮ ਨਹੀਂ ਕਰਦੇ ਤਨਦੇਹੀ ਦੇ ਨਾਲ। ਇਸ ਕਰਕੇ ਮੇਰੇ ਖਿਆਲ ਦੇ ਮੁਤਾਬਕ ਜੁਰਮਾਨਿਆਂ ਜਾਂ ਬਹੁਤ ਵੱਡਾ ਪੈਸਾ ਖਰਚਣ ਦੇ ਨਾਲ ਜਾਂ ਕੋਈ ਵੀ ਹੋਰ ਉੱਦਮ ਕਰਨ ਦੇ ਨਾਲ ਬਹੁਤੇ ਮਸਲੇ ਹੱਲ ਨਹੀਂ ਹੁੰਦੇ। ਇਹਦੇ ਲਈ ਜ਼ਰੂਰੀ ਹੁੰਦਾ ਕਿ ਅਸੀਂ ਆਪਣੇ ਫਰਜ਼ ਸਮਝੀਏ, ਅਸੀਂ ਸੱਭਿਅਕ ਹੋਈਏ, ਅਤੇ ਜੇਕਰ ਅਸੀਂ ਸੱਭਿਅਕ ਨਹੀਂ ਤਾਂ ਜਿੰਨਾ ਮਰਜ਼ੀ ਪੈਸਾ ਖਰਚ ਲਵੋ ਕਿਸੇ ਵੀ ਕੰਮ ਦੇ ਵਿੱਚ ਕੋਈ ਬਹੁਤੀ ਵੱਡੀ ਸਫਲਤਾ ਮਿਲਣ ਦੀ ਆਸ ਨਹੀਂ ਹੁੰਦੀ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ। ਤੁਹਾਡੀ ਅਤੇ ਸਾਡੀ ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ, ਕੁਝ ਦੇਸ਼ ਦੇ, ਕੁਝ ਪ੍ਰਦੇਸ਼ ਦੇ, ਕੁਝ ਵਿਦੇਸ਼ ਦੇ, ਕੁਝ ਇਤਿਹਾਸ ਦੇ, ਕੁਝ ਮਿਥਿਹਾਸ ਦੇ, ਕੁਝ ਸਮਾਜ ਦੇ, ਕੁਝ ਰਾਜਨੀਤੀ ਦੇ, ਕੁਝ ਚੰਗੇ ਵੀ ਕਦੇ ਕਦੇ ਮਾੜੇ ਵੀ, ਅਸੀਂ ਸਾਰੇ ਮਸਲੇ ਵਿਚਾਰਦੇ ਹਾਂ। ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ TV। ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਪੰਜਾਬ ਦੇ ਵਿੱਚ ਸ਼ਰਾਬ ਦੇ ਵਪਾਰੀ ਦੇ ਤੌਰ ਦੇ ਉੱਤੇ
ਦੀਪ ਮਲਹੋਤਰਾ ਦਾ ਝੋਖਾ ਨਾਂ। ਸਾਬਕਾ MLA ਫਰੀਦਕੋਟ ਤੋਂ ਅਕਾਲੀ ਦਲ ਭਾਜਪਾ ਗੱਠਜੋੜ ਦੇ ਰਹੇ ਨੇ। ਦੀਪ ਮਲਹੋਤਰਾ ਨੇ ਐਤਕੀ ਚੋਣ ਨਹੀਂ ਸੀ ਲੜੀ ਅਤੇ ਅਕਾਲੀ ਦਲ ਦਾ ਉਮੀਦਵਾਰ ਹਾਰ ਗਿਆ ਸੀ ਅਤੇ ਆਪਾਂ ਜਾਣਦੇ ਹਾਂ ਕਿ ਫਰੀਦਕੋਟ ਤੋਂ ਕਾਂਗਰਸ ਦਾ ਉਮੀਦਵਾਰ ਜਿੱਤਿਆ ਕੁਸ਼ਲਦੀਪ ਸਿੰਘ ਢਿੱਲੋਂ। ਪਰ ਦੀਪ ਮਲਹੋਤਰਾ ਦਾ ਦਾਰੂ ਦਾ ਕਾਰੋਬਾਰ ਅੱਜ ਵੀ ਚੱਲ ਰਿਹਾ, ਪਰ ਪਿਛਲੇ ਵਰ੍ਹਿਆਂ ਦੇ ਮੁਕਾਬਲਤਨ ਐਤਕੀ ਥੋੜ੍ਹਾ ਜਿਹਾ ਘੱਟ ਮੁਨਾਫੇ ਦੇ ਵੱਲ ਜਾ ਰਿਹਾ। ਇਸ ਕਰਕੇ ਦੀਪ ਮਲਹੋਤਰਾ ਨੇ ਇੱਕ ਨਵੀਂ ਖੋਜ ਕੀਤੀ ਹੈ। ਆਪਾਂ ਪੌਂਟੀ ਚੱਡਾ ਦਾ ਨਾਂ ਜਾਣਦੇ ਹਾਂ, ਜਿਹਨੇ ਸਮੁੱਚੇ ਭਾਰਤ ਦੇ ਵਿੱਚ ਦਾਰੂ ਦਾ ਬਹੁਤ ਵੱਡਾ ਕਾਰੋਬਾਰ ਖੜ੍ਹਾ ਕੀਤਾ ਸੀ। ਉਹਦਾ ਦਾਰੂ ਦਾ ਆਪਣਾ ਵੱਖਰਾ ਸਾਮਰਾਜ ਸੀ ਅਤੇ ਅਸੀਂ ਦੀਪ ਮਲਹੋਤਰਾ ਨੂੰ ਪੰਜਾਬ ਦੇ ਪੌਂਟੀ ਚੱਡੇ ਦੇ ਤੌਰ 'ਤੇ ਜਾਣਦੇ ਹਾਂ। ਦੀਪ ਮਲਹੋਤਰਾ ਦਾ ਕਾਰੋਬਾਰ ਕਿਉਂਕਿ ਹੁਣ ਥੱਲੇ ਜਾ ਰਿਹਾ ਅਤੇ ਥੱਲੇ ਜਾਣ ਦਾ ਕਾਰਨ ਇਹ ਆ ਕਿ ਬਠਿੰਡਾ ਅਤੇ ਉਸ ਖੇਤਰ ਦੇ ਬਾਕੀ ਇਲਾਕੇ ਦੇ ਵਿੱਚ ਜਿਹੜੇ ਪਿੰਡ ਨੇ, ਸ਼ਹਿਰ ਨੇ, ਉਹ ਲੋਕ ਜਿਹੜੇ ਹਰਿਆਣੇ ਦੀ ਹੱਦ ਨਾਲ ਲੱਗਦੇ ਪਿੰਡਾਂ 'ਚ ਰਹਿੰਦੇ ਨੇ, ਉਹ ਹਰਿਆਣੇ ਤੋਂ ਦਾਰੂ ਲੈ ਆਉਂਦੇ ਆ ਕਿਉਂਕਿ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਨੇ ਸ਼ਰਾਬ ਮਹਿੰਗੀ ਕਰ ਦਿੱਤੀ ਆ ਅਤੇ ਹਰਿਆਣੇ ਦੇ ਵਿੱਚ ਸਸਤੀ ਆ। ਇਸ ਕਰਕੇ ਹਰਿਆਣੇ ਦੇ ਜਿਹੜੇ ਠੇਕੇਦਾਰ ਆ ਉਹ ਵੀ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਸਾਡੀ ਦਾਰੂ ਪੀਣ, ਅਤੇ ਜਿਹੜੇ ਪੰਜਾਬ ਦੇ ਲੋਕ ਆ ਹਰਿਆਣੇ ਦੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ, ਹੱਦ ਨਾਲ ਲੱਗਦੇ ਪਿੰਡਾਂ ਦੇ ਵਿੱਚ, ਉਹ ਵੀ ਜਾ ਕੇ ਉੱਧਰਲੇ ਪਾਸੇ ਦਾਰੂ ਲੈ ਆਉਂਦੇ ਆ। ਕਿਸੇ ਦਾਰੂ ਦੀ ਬੋਤਲ ਦਾ ਨਾਂ ਹੁੰਦਾ ਸ਼ਰਮੀਲੀ, ਕਿਸੇ ਦਾ ਨਾਂ ਭੜਕੀਲੀ, ਕਿਸੇ ਦਾ ਨਾਂ ਗੱਭਰੂ, ਕਿਸੇ ਦਾ ਨਾਂ ਭੰਗੜਾ, ਇਹੋ ਜਿਹੇ ਨਾਂ ਰੱਖੇ ਹੁੰਦੇ ਆ। ਰਬੜ ਦੀਆਂ ਬੋਤਲਾਂ ਹੁੰਦੀਆਂ ਨੇ ਉਹ। ਇਸ ਕਰਕੇ ਹੁਣ ਦੀਪ ਮਲਹੋਤਰਾ ਨੇ ਇੱਕ ਨਵੀਂ ਖੋਜ ਕੀਤੀ ਹੈ। ਇਹਨਾਂ ਨੇ ਕਿਹਾ ਵੀ ਸੂਹ ਦਿਓ ਸਾਨੂੰ, ਅਤੇ ਜਿਹੜੇ ਨਸ਼ੇ ਦੀ ਤਸਕਰੀ ਕਰਦੇ ਆ, ਖਾਸ ਕਰਕੇ ਗੈਰ ਕਾਨੂੰਨੀ ਸ਼ਰਾਬ ਵੇਚਦੇ ਆ, ਘਰਾਂ ਦੇ ਵਿੱਚ ਸ਼ਰਾਬ ਬਣਾ ਕੇ ਵੇਚਦੇ ਆ, ਜਾਂ ਹਰਿਆਣੇ ਦੇ ਵੱਲੋਂ ਸ਼ਰਾਬ ਲਿਆ ਕੇ ਇੱਧਰਲੇ ਪਾਸੇ ਵੇਚਦੇ ਆ, ਉਹਨਾਂ ਨੂੰ ਫੜਾਓ ਅਤੇ ਮਨਚਾਹੀ ਨੌਕਰੀ ਪਾਓ। 10,000 ਰੁਪਈਏ ਦੀ ਨੌਕਰੀ ਮੇਰੇ ਕੋਲੋਂ ਆ ਕੇ ਜਦੋਂ ਮਰਜ਼ੀ ਲੈ ਲਓ ਮਹੀਨੇ ਦੇ ਹਿਸਾਬ ਨਾਲ, ਪਰ ਤੁਸੀਂ ਬੰਦੇ ਫੜਾਉਣ ਵਾਲਾ ਕੰਮ ਸ਼ੁਰੂ ਕਰੋ। ਉਹਨਾਂ ਦੀ ਇਹ ਯੋਜਨਾ ਸਫਲ ਹੋਏਗੀ ਜਾਂ ਨਹੀਂ ਕੁਝ ਕਹਿ ਨਹੀਂ ਸਕਦੇ, ਪਰ ਇਸ ਯੋਜਨਾ ਦਾ ਸਮੁੱਚਾ ਵੇਰਵਾ ਇਸ ਤਰੀਕੇ ਨਾਲ ਕਿ ਸਾਬਕਾ ਅਕਾਲੀ ਵਿਧਾਇਕ ਅਤੇ ਸ਼ਰਾਬ ਦੇ ਠੇਕੇਦਾਰ ਦੀਪ ਮਲਹੋਤਰਾ ਨੇ ਬਠਿੰਡਾ ਖਿੱਤੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਖੁੱਲ੍ਹੀ ਪੇਸ਼ਕਸ਼ ਕਰ ਦਿੱਤੀ ਹੈ। ਨੌਕਰੀ ਲਈ ਕੋਈ ਵਿੱਦਿਅਕ ਯੋਗਤਾ ਅਤੇ ਉਮਰ ਦੀ ਹੱਦ ਨਹੀਂ ਰੱਖੀ ਗਈ। ਸਾਬਕਾ ਵਿਧਾਇਕ ਨੇ ਸ਼ਰਾਬ ਕਾਰੋਬਾਰ ਨੂੰ ਘਾਟੇ ਵਿੱਚੋਂ ਕੱਢਣ ਲਈ ਨਵਾਂ ਜੁਗਾੜ ਲਾਇਆ ਏ। ਪਹਿਲਾਂ ਦੀਪ ਮਲਹੋਤਰਾ ਨੇ ਗੈਰ ਕਾਨੂੰਨੀ ਸ਼ਰਾਬ ਦੀ ਸੂਹ ਦੇਣ ਵਾਲੇ ਨੂੰ 10,000 ਰੁਪਈਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ ਅਤੇ ਹੁਣ ਨੌਕਰੀ ਦੀ ਪੇਸ਼ਕਸ਼ ਕਰ ਦਿੱਤੀ ਹੈ। ਹਰਿਆਣਾ ਵਿੱਚੋਂ ਤੜਾਤੜ ਗੈਰ ਕਾਨੂੰਨੀ ਸ਼ਰਾਬ ਬਠਿੰਡੇ ਦੇ ਵਿੱਚ ਆ ਰਹੀ ਹੈ, ਜਿਸ ਕਰਕੇ ਦੀਪ ਮਲਹੋਤਰਾ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ। ਸੂਤਰ ਦੱਸਦੇ ਨੇ ਕਿ ਬਠਿੰਡਾ ਦੇ ਇੱਕ ਸ਼ਰਾਬ ਕਾਰੋਬਾਰੀ ਕੋਲ ਹਰਿਆਣੇ ਵਿੱਚ ਠੇਕੇ ਨੇ ਜੋ ਦੀਪ ਮਲਹੋਤਰਾ ਦਾ ਲੱਕ ਤੋੜਨ ਵਾਸਤੇ ਪੰਜਾਬ ਦੇ ਵਿੱਚ ਸ਼ਰਾਬ ਭੇਜ ਰਿਹਾ ਹੈ। ਐਤਕੀ ਬਠਿੰਡਾ ਜ਼ਿਲ੍ਹੇ ਵਿੱਚ ਸ਼ਰਾਬ ਦੇ ਠੇਕੇ ਲੈਣ ਨੂੰ ਕੋਈ ਤਿਆਰ ਨਹੀਂ ਸੀ ਅਤੇ ਕੈਪਟਨ ਸਰਕਾਰ ਨੇ ਖੁਦ ਮਲਹੋਤਰਾ ਨੂੰ ਬੁਲਾ ਕੇ ਬਠਿੰਡੇ ਦੇ ਠੇਕੇ ਦਿੱਤੇ ਸਨ। ਦੀਪ ਮਲਹੋਤਰਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਇਹ ਭਰੋਸਾ ਮੰਗਿਆ ਸੀ ਕਿ ਉਸ ਦੇ ਕਾਰੋਬਾਰ ਨੂੰ ਕਿਸੇ ਵੱਲੋਂ ਸੱਟ ਨਾ ਮਾਰੀ ਜਾਵੇ। ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਨੇ ਕਿਹਾ ਕਿ ਕੋਈ ਵੀ ਬੇਰੁਜ਼ਗਾਰ ਉਹਨਾਂ ਕੋਲ ਆਵੇ ਉਹ 10,000 ਰੁਪਈਆ ਮਹੀਨਾ ਨੌਕਰੀ ਦੇਣਗੇ। ਸ਼ਰਤ ਇਹ ਹੋਏਗੀ ਕਿ ਉਸ ਨੌਜਵਾਨ ਨੇ ਇੱਕ ਮਹੀਨੇ ਦੌਰਾਨ ਗੈਰ ਕਾਨੂੰਨੀ ਸ਼ਰਾਬ ਦਾ ਘੱਟੋ ਘੱਟ ਇੱਕ ਕੇਸ ਫੜਾਉਣਾ ਹੈ। ਜੇ ਉਹ ਇੱਕ ਤੋਂ ਜ਼ਿਆਦਾ ਕੇਸ ਫੜਵਾਵੇਗਾ ਤਾਂ ਉਸ ਨੂੰ ਪ੍ਰਤੀ ਕੇਸ ਦੇ ਹਿਸਾਬ ਨਾਲ ਇਨਸੈਂਟਿਵ ਵੀ ਦਿੱਤਾ ਜਾਏਗਾ। ਉਹਨਾਂ ਨੇ ਕਿਹਾ ਕਿ ਜਿੰਨੇ ਮਰਜ਼ੀ ਨੌਜਵਾਨ ਆ ਜਾਣ ਉਹ ਨੌਕਰੀ ਦੇਣ ਨੂੰ ਤਿਆਰ ਬਰ ਤਿਆਰ ਬੈਠੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ, ਪੰਜਾਬ ਦੇ ਵਿੱਚ ਸ਼ਰਾਬ ਦਾ ਕਾਰੋਬਾਰ ਵਧਿਆ ਵੀ ਬਹੁਤ ਹੈ ਅਤੇ ਵਧੇਗਾ ਵੀ ਬਹੁਤ, ਬਸ਼ਰਤੇ ਕੈਪਟਨ ਸਰਕਾਰ ਆ ਜਿਹੜੀ ਉਹਨੇ ਦਾਰੂ ਦੇ ਭਾਅ ਕਿਉਂਕਿ ਵਧਾ ਦਿੱਤੇ ਆ। ਇਹ ਜੇਕਰ ਘੱਟ ਹੁੰਦੇ ਤਾਂ ਅੱਜ ਦਾਰੂ ਪੀਣਿਆਂ ਦੀ ਗਿਣਤੀ ਲਗਾਤਾਰ ਵਧਣੀ ਸੀ, ਕਿਉਂਕਿ ਅਸੀਂ ਪੰਜਾਬੀ ਲੋਕ ਆ ਜਿਹੜੇ ਉਹ ਸ਼ਰਾਬ ਨੂੰ ਸੱਭਿਆਚਾਰ ਦਾ ਹਿੱਸਾ ਮੰਨਣ ਲੱਗ ਪਏ ਹਾਂ। ਸਾਡੇ ਲੋਕ ਗੀਤਾਂ ਅਤੇ ਲੋਕ ਬੋਲੀਆਂ ਦੇ ਵਿੱਚ ਸ਼ਰਾਬ ਦੇ ਕਿੰਨੇ ਹੀ ਕਿੱਸੇ ਆਉਂਦੇ ਨੇ। ਘਰ ਦੀ ਕੱਢੀ ਦਾ ਜ਼ਿਕਰ ਸਾਡੇ ਗੀਤਾਂ ਦੇ ਵਿੱਚ ਵਾਰ ਵਾਰ ਆਉਂਦਾ, ਬੋਲੀਆਂ ਦੇ ਵਿੱਚ ਵਾਰ ਵਾਰ ਆਉਂਦਾ ਹੈ, ਪਰ ਘਰ ਦੀ ਕੱਢਣੀ ਗੈਰ ਕਾਨੂੰਨੀ ਹੈ, ਸ਼ਰਾਬ ਦੀ ਤਸਕਰੀ ਕਰਨੀ ਗੈਰ ਕਾਨੂੰਨੀ ਹੈ, ਹੋਰ ਸੂਬਿਆਂ ਤੋਂ ਇੱਧਰ ਲਿਆ ਕੇ ਪੰਜਾਬ ਸੂਬੇ ਦੇ ਵਿੱਚ ਸ਼ਰਾਬ ਵੇਚਣੀ ਜਾਂ ਵਰਤਣੀ ਗੈਰ ਕਾਨੂੰਨੀ ਹੈ। ਇਸ ਕਰਕੇ ਦੀਪ ਮਲਹੋਤਰਾ ਦੇ ਵੱਲੋਂ ਨਵਾਂ ਫਾਰਮੂਲਾ ਅਪਣਾਇਆ ਗਿਆ। ਇਹਨਾਂ ਨੇ ਕਿਹਾ ਕਿ ਅਸੀਂ ਨੌਕਰੀ ਦੇਵਾਂਗੇ ਜਿਹੜਾ ਸੂਹ ਦੇਗਾ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ, ਸ਼ਰਾਬ ਫੜਾਉਣ ਵਾਲਿਆਂ ਨੂੰ। ਪਰ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਦੀਪ ਮਲਹੋਤਰਾ ਨੇ ਆਪਣੇ ਫਾਇਦੇ ਵਾਸਤੇ ਨੌਕਰੀ ਦੇਣ ਦੀ ਪੇਸ਼ਕਸ਼ ਤਾਂ ਕਰ ਦਿੱਤੀ ਹੈ, ਪਰ ਜੇਕਰ ਇਸ ਪੇਸ਼ਕਸ਼ ਨੂੰ ਪੰਜਾਬੀਆਂ ਨੇ ਕਬੂਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਪਹਿਲਾਂ ਹੀ ਬੜੀ ਟੁੱਟੀ ਹੋਈ ਆ, ਖੇਰੂ ਖੇਰੂ ਹੋਈ ਆ, ਇਹ ਹੋਰ ਟੁੱਟੇਗੀ, ਇਹਦੇ ਨਾਲ ਦੁਸ਼ਮਣੀਆਂ ਵਧਣਗੀਆਂ। ਸੋ ਮਲਹੋਤਰਾ ਸਾਹਿਬ ਦਾ ਫਾਰਮੂਲਾ ਜਿਹੜਾ ਹੋ ਸਕਦਾ ਭਵਿੱਖ ਦੇ ਵਿੱਚ ਇਹਨਾਂ ਲਈ ਤਾਂ ਫਾਇਦੇਮੰਦ ਹੋ ਜਾਵੇ, ਪਰ ਮੈਨੂੰ ਇਹ ਜਾਪਦਾ ਕਿ ਇਹ ਪੰਜਾਬੀਆਂ ਦੇ ਵਾਸਤੇ ਬਹੁਤਾ ਫਾਇਦੇਮੰਦ ਨਹੀਂ ਹੋਏਗਾ, ਕਿਉਂਕਿ ਇਸ ਵਕਤ ਪੰਜਾਬ ਦੇ ਪਿੰਡਾਂ ਦੇ ਵਿੱਚ ਉਹ ਸਾਂਝ ਪਹਿਲਾਂ ਹੀ ਦਿਖਾਈ ਨਹੀਂ ਦੇ ਰਹੀ ਜਿਹੜੀ ਕਿਸੇ ਵੇਲੇ ਦਿਖਾਈ ਦਿੰਦੀ ਹੁੰਦੀ ਸੀ। ਦੋਸਤੋ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਵੱਲੋਂ ਹੁਣ ਇਹ ਗੱਲ ਕਹੀ ਗਈ ਹੈ ਕਿ 2 ਮਹੀਨੇ ਘੱਟੋ ਘੱਟ ਹੋਰ ਲੱਗਣਗੇ ਕਰਜ਼ਾ ਮਾਫ਼ੀ ਦੇ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੇ ਉੱਤੇ।
ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਦੇ ਵਿੱਚ ਕਿਸਾਨੀ ਲਗਾਤਾਰ ਉਸ ਦਿਨ ਤੋਂ ਵੀ ਖੁਦਕੁਸ਼ੀਆਂ ਕਰ ਰਹੀ ਹੈ ਜਿਸ ਦਿਨ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਫਸਲੀ ਕਰਜ਼ਾ ਅਸੀਂ ਮਾਫ਼ ਕਰਾਂਗੇ 2 ਲੱਖ ਰੁਪਈਏ ਤੱਕ ਦਾ। ਪਰ ਉਹਦੇ ਨਾਲ ਵੀ ਕਿਸਾਨੀ ਨੂੰ ਬਹੁਤੀ ਰਾਹਤ ਨਹੀਂ ਮਿਲੀ। ਅੱਜ ਜਦੋਂ ਮੈਂ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕਰ ਰਿਹਾ ਤਾਂ ਅਖਬਾਰਾਂ ਦੇ ਵਿੱਚ 6 ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਰਿਪੋਰਟਾਂ ਆਈਆਂ ਨੇ। 6 ਦੇ 6 ਕਿਸਾਨ ਨੇ ਜਿਹੜੇ ਉਹ ਕਰਜ਼ੇ ਤੋਂ ਪੀੜਿਤ ਸਨ। ਕਿਸੇ ਸਿਰ 5 ਲੱਖ ਦਾ ਕਰਜ਼ਾ ਸੀ, ਕਿਸੇ ਸਿਰ 10 ਲੱਖ ਦਾ ਕਰਜ਼ਾ ਸੀ। ਬਰਨਾਲੇ ਦੇ ਵਿੱਚ ਪਿੰਡ ਆ ਮਹਿਲ ਖੁਰਦ, ਉੱਥੇ 2 ਦਿਨ ਪਹਿਲਾਂ ਇੱਕ ਕਿਸਾਨ ਨੇ ਆਪਣੇ ਉੱਤੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਾ ਲਈ ਸੀ। 70% ਉਹ ਝੁਲਸ ਗਿਆ ਸੀ ਅਤੇ DMC ਦੇ ਵਿੱਚ ਉਹਨੇ ਵੀ ਦਮ ਤੋੜ ਦਿੱਤਾ। ਯਾਨੀ ਕਿ ਹਰ ਰੋਜ਼ ਅਖਬਾਰਾਂ ਦੇ ਸਫ਼ੇ ਕਾਲੇ ਹੁੰਦੇ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਦੇ ਨਾਲ, ਪਰ ਪੰਜਾਬ ਸਰਕਾਰ ਜਾਂ ਸਾਡੀ ਕੇਂਦਰ ਦੀ ਸਰਕਾਰ ਸਿਰਫ਼ ਅਤੇ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰ ਰਹੀ ਹੈ। ਅਤੇ ਇਸ ਰਿਪੋਰਟ ਦਾ ਵੇਰਵਾ ਇਸ ਤਰੀਕੇ ਨਾਲ ਪ੍ਰਾਪਤ ਹੋਇਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬਾ ਸਰਕਾਰ 5 ਏਕੜ ਤੱਕ ਦੇ ਕਿਸਾਨਾਂ ਦਾ 2 ਲੱਖ ਰੁਪਈਏ ਤੱਕ ਦਾ ਫਸਲੀ ਕਰਜ਼ਾ ਮਾਫ਼ ਕਰ ਚੁੱਕੀ ਹੈ, ਪਰ ਇਸ ਫੈਸਲੇ ਨੂੰ ਅਮਲੀ ਜਾਮਾ ਪਵਾਉਣ ਵਾਸਤੇ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ 2 ਮਹੀਨੇ ਦਾ ਹੋਰ ਸਮਾਂ ਲੱਗ ਜਾਵੇਗਾ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਏ, ਹੁਣ ਬੈਂਕਾਂ ਅਤੇ ਸਰਕਾਰ ਦਰਮਿਆਨ ਲੈਣ ਦੇਣ ਹੋਵੇਗਾ, ਇਸ ਦਾ ਕਿਸਾਨਾਂ ਨਾਲ ਕੋਈ ਵੀ ਸੰਬੰਧ ਨਹੀਂ ਹੈ। ਕਰਜ਼ੇ ਦੀ ਅਦਾਇਗੀ ਸਰਕਾਰ ਵੱਲੋਂ ਬੈਂਕਾਂ ਨੂੰ ਕੀਤੀ ਜਾਣੀ ਹੈ, ਪਰ ਦੂਜੇ ਪਾਸੇ ਅਕਾਲੀ ਦਲ ਕਰਜ਼ਾ ਮਾਫ਼ੀ ਦੇ ਮੁੱਦੇ ਉੱਤੇ ਲਗਾਤਾਰ ਸਰਕਾਰ ਨੂੰ ਘੇਰਨ ਦਾ ਯਤਨ ਕਰ ਰਿਹਾ ਹੈ ਅਤੇ ਕਿਹਾ ਇਹ ਜਾ ਰਿਹਾ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਕੈਪਟਨ ਸਰਕਾਰ ਨੇ ਕਿੰਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ, ਇਸ ਦੀ ਜਾਣਕਾਰੀ ਜਨਤਕ ਤੌਰ ਦੇ ਉੱਤੇ ਦਿੱਤੀ ਜਾਵੇ। ਅਕਾਲੀ ਦਲ ਦਾ ਕਹਿਣਾ ਹੈ ਕਿ ਕਰਜ਼ਾ ਮਾਫ਼ੀ ਲਾਗੂ ਨਾ ਕੀਤੇ ਜਾਣ ਕਰਕੇ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਨੇ। ਇਸ ਖਬਰ ਦੇ ਉੱਤੇ ਸੰਖੇਪ ਦੇ ਵਿੱਚ ਟਿੱਪਣੀ ਕਰਦਿਆਂ ਦੋਸਤੋ, ਅਸੀਂ ਇਹ ਗੱਲ ਕਹਾਂਗੇ, ਪੰਜਾਬ ਦੀ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਦੇ ਉੱਤੇ ਉਦੋਂ ਦੀ ਪਈ ਹੋਈ ਆ ਜਦੋਂ ਤੋਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ ਹੈ। ਹਰੀ ਕ੍ਰਾਂਤੀ ਆਉਣ ਦੇ ਨਾਲ ਦੇਸ਼ ਦੇ ਅੰਨ ਭੰਡਾਰਾਂ ਦੇ ਵਿੱਚ ਤਾਂ ਯੋਗਦਾਨ ਬਹੁਤ ਪਾਇਆ ਪੰਜਾਬ ਦੀ ਕਿਸਾਨੀ ਨੇ, ਪਰ ਉਸ ਤੋਂ ਬਾਅਦ ਕੀਟਨਾਸ਼ਕਾਂ ਦੇ ਖਰਚੇ ਵਧੇ, ਰੇਹਾਂ ਸਪਰੇਹਾਂ ਦੇ ਖਰਚੇ ਵਧੇ, ਖੇਤੀਬਾੜੀ ਦਾ ਮਸ਼ੀਨੀਕਰਨ ਹੋਇਆ ਉਹਦੇ ਖਰਚੇ ਵਧੇ, ਅਤੇ ਪੰਜਾਬ ਦੀ ਕਿਸਾਨੀ ਵੱਧ ਝਾੜ ਦੇ ਬਾਵਜੂਦ ਝੰਬੀ ਗਈ ਅਤੇ ਉਹਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਿਆ। ਮੈਂ ਇਸ ਗੱਲ ਦੇ ਉੱਤੇ ਵੀ ਹੈਰਾਨ ਹਾਂ ਕਿ ਇੱਕ ਵਾਰ ਕੇਂਦਰ ਦੇ ਵੱਲੋਂ ਖੁਦ ਹੀ ਸਵਾਮੀਨਾਥਨ ਫਾਰਮੂਲੇ ਦੀ ਪੇਸ਼ਕਸ਼ ਕੀਤੀ ਗਈ ਸੀ, ਕਮਿਸ਼ਨ ਬਣਾਇਆ ਗਿਆ, ਰਿਪੋਰਟ ਉਹਨੇ ਸੌਂਪ ਦਿੱਤੀ ਸਰਕਾਰ ਨੂੰ, ਪਰ ਅੱਜ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਉਸ ਰਿਪੋਰਟ ਦੇ ਉੱਤੇ ਅਮਲ ਨਹੀਂ ਕੀਤਾ ਗਿਆ। ਜੇਕਰ ਅਸੀਂ ਭਾਰਤ ਦੀ ਕਿਸਾਨੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਭਾਰਤ ਦੇ ਵਿੱਚ ਸਵਾਮੀਨਾਥਨ ਫਾਰਮੂਲਾ ਲਾਗੂ ਕਰਨ ਦੀ ਬੜੀ ਲੋੜ ਹੈ। ਜਿਹੜਾ ਅਕਾਲੀ ਦਲ ਪੰਜਾਬ ਦੇ ਵਿੱਚ ਇਸ ਵਕਤ ਇਹ ਗੱਲਾਂ ਕਹਿ ਰਿਹਾ ਕਿ ਜੀ ਕਾਂਗਰਸ ਦੀ ਸਰਕਾਰ ਦੇ ਵੱਲੋਂ ਗੋਂਗਲੂਆਂ ਤੋਂ ਮਿੱਟੀ ਝਾੜੀ ਗਈ, ਕਾਂਗਰਸ ਦੀ ਸਰਕਾਰ ਤਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ, ਫਸਲੀ ਕਰਜ਼ਾ ਮਾਫ਼ ਕਰਨ ਨਾਲ ਕੀ ਬਣਦਾ ਹੈ, ਇਹਨਾਂ ਅਕਾਲੀਆਂ ਨੂੰ, ਇਹਨਾਂ ਭਾਜਪਾਈਆਂ ਨੂੰ ਕਦੇ ਕੋਈ ਪੁੱਛੇ ਕਿ 10 ਵਰੇ ਪੰਜਾਬ ਦੇ ਵਿੱਚ ਤੁਸੀਂ ਰਾਜ ਕੀਤਾ, ਤੁਸੀਂ ਸਾਰਾ ਕਰਜ਼ਾ ਮਾਫ਼ ਕਰ ਦਿੰਦੇ, ਤੁਹਾਨੂੰ ਕਿਹੜਾ ਕਿਸੇ ਨੇ ਰੋਕਿਆ ਸੀ, ਤੁਹਾਡੀ ਕਿਹੜਾ ਕਿਸੇ ਨੇ ਬਾਂਹ ਫੜੀ ਸੀ, ਆਪ ਕੁਝ ਕੀਤਾ ਨਹੀਂ, ਜਿਹੜਾ ਮਾੜਾ ਮੋਟਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਉੱਤੇ ਆਪਾਂ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਮੈਂ ਇਹ ਵੀ ਨਹੀਂ ਗੱਲ ਕਹਿੰਦਾ ਕਿ ਕੈਪਟਨ ਸਰਕਾਰ ਨੇ ਬਹੁਤ ਵੱਡਾ ਮਾਰਕਾ ਮਾਰ ਲਿਆ। ਇਹਨਾਂ ਨੇ ਕਿਹਾ ਸੀ ਵੋਟਾਂ ਤੋਂ ਪਹਿਲਾਂ ਪ੍ਰਚਾਰ ਦੇ ਮੌਕੇ ਕਿ ਅਸੀਂ ਕਿਸਾਨੀ ਦਾ ਅਤੇ ਖੇਤ ਮਜ਼ਦੂਰਾਂ ਦਾ ਹਰ ਕਿਸਮ ਦਾ ਕਰਜ਼ਾ ਮਾਫ਼ ਕਰਾਂਗੇ, ਪਰ ਹੋਇਆ ਕਿੰਨਾ ਕਾ ਜਾਂ ਹੋਏਗਾ ਕਿੰਨਾ ਕੁ ਇਹਦੇ ਬਾਰੇ ਆਪਾਂ ਜਾਣਦੇ ਹਾਂ। ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਜਦੋਂ ਖਜ਼ਾਨੇ ਵਿੱਚ ਪੈਸੇ ਨਹੀਂ ਤਾਂ ਅਸੀਂ ਫਿਰ ਕਰਜ਼ਾ ਮਾਫ਼ੀ ਕਿਵੇਂ ਕਰ ਲਈਏ, 80-90 ਹਜ਼ਾਰ ਕਰੋੜ ਰੁਪਈਏ ਦਾ ਕਰਜ਼ਾ ਹੈ ਕਿਸਾਨੀ ਡਿਸਰ, ਇੰਨਾ ਪੈਸਾ ਅਸੀਂ ਕਿਵੇਂ ਦੇ ਦਿਆਂਗੇ। ਸੋ ਬੈਂਕਾਂ ਦਾ ਅਤੇ ਸਰਕਾਰ ਦਾ ਆਪਸ ਦੇ ਵਿੱਚ ਤਾਲਮੇਲ ਕਿਹੋ ਜਿਹਾ ਨਹੀਂ ਕੁਝ ਕਹਿ ਨਹੀਂ ਸਕਦੇ, ਪਰ ਇਸ ਵਕਤ ਪੰਜਾਬ ਦੀ ਕਿਸਾਨੀ ਦਾ ਹਾਲ ਬਹੁਤ ਮਾੜਾ ਹੈ। ਅਤੇ ਜਿਹੜੀ ਵੀ ਸਾਡੀ ਸਮੇਂ ਦੀ ਸਰਕਾਰ ਹੁੰਦੀ ਆ ਪੰਜਾਬ ਦੀ, ਉਹ ਗੱਲਾਂ ਬਹੁਤ ਕਰਦੀ ਆ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਬਹੁਤ ਘੱਟ ਕਰਕੇ ਦਿਖਾਉਂਦੀ ਹੈ। ਕਿਸਾਨੀ ਵੀ ਸੰਭਲ ਕੇ ਚੱਲੇ, ਖਰਚੇ ਆਪਣੇ ਘਟਾਵੇ, ਤਕਨੀਕ ਦੀ ਵਰਤੋਂ ਕਰੇ, ਅਤੇ ਜਿਹੜੀਆਂ ਸਰਕਾਰਾਂ ਨੇ ਉਹ ਵੀ ਸਿਰਫ਼ ਅਤੇ ਸਿਰਫ ਗੱਲਾਂ ਦਾ ਕੜਾਹ ਬਣਾਉਣਾ ਬੰਦ ਕਰਨ, ਸਗੋਂ ਕਿਸਾਨੀ ਦੀ ਬਾਂਹ ਸਹੀ ਅਰਥਾਂ ਦੇ ਵਿੱਚ ਸੱਚੇ ਦਿਲੋਂ ਫੜਨ, ਤਾਂ ਜੋ ਹਰ ਰੋਜ਼ ਜੋ ਖਬਰਾਂ ਆਉਂਦੀਆਂ ਨੇ ਕਿਸਾਨਾਂ ਦੀ ਖੁਦਕੁਸ਼ੀ ਦੀਆਂ, ਇਹਨਾਂ ਨੂੰ ਠੱਲ ਪੈ ਸਕੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ। ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ, ਕਦੇ ਸੱਚ ਦੀ ਖਬਰ ਅਤੇ ਕਦੇ ਕੱਚ ਦੀ ਖਬਰ, ਕਦੇ ਦੁੱਖ ਦੀ ਖਬਰ ਅਤੇ ਕਦੇ ਭੁੱਖ ਦੀ ਖਬਰ, ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ, ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ। ਪ੍ਰਾਈਮ ਏਸ਼ੀਆ ਟੀ ਵੀ 'ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟੋਰਾਂਟੋ ਟਾਈਮਿੰਗ 8:30 ਸ਼ਾਮੀ ਅਤੇ ਇਸੇ ਟਾਈਮ ਵੈਨਕੂਵਰ।
ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਕਿਸੇ ਵੀ ਚੀਜ਼ ਦੇ ਉੱਤੇ ਤੁਸੀਂ ਪੈਸਾ ਨਿਵੇਸ਼ ਜਦੋਂ ਕਰ ਦਿੰਦੇ ਹਾਂ ਤਾਂ ਇਹਦਾ ਮਤਲਬ ਇਹ ਤਾਂ ਨਿਕਲਦਾ ਕਿ ਤੁਸੀਂ ਉਸ ਚੀਜ਼ ਨੂੰ ਬਹੁਤ ਖੂਬਸੂਰਤ ਬਣਾ ਦਿੱਤਾ, ਉਹਨੂੰ ਦੇਖਣ ਯੋਗ ਬਣਾ ਦਿੱਤਾ, ਪਰ ਉਸ ਤੋਂ ਵੱਧ ਉਹਦੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਪੈਂਦੀ ਆ, ਕਿਉਂਕਿ ਉਸ ਸੋਹਣੀ ਚੀਜ਼ ਨੂੰ ਸੰਭਾਲਣਾ ਵੀ ਸਾਡਾ ਆਪਣਾ ਕੰਮ ਹੁੰਦਾ। ਲੰਘੇ ਵੇਲੇ ਦੀ ਸਰਕਾਰ ਦੇ ਵੱਲੋਂ, ਖਾਸ ਕਰਕੇ ਅਕਾਲੀ ਦਲ ਦੇ ਵੱਲੋਂ, ਇਸ ਪ੍ਰਾਪਤੀ ਦਾ ਗੁਣਗਾਨ ਵਾਰ-ਵਾਰ ਕੀਤਾ ਗਿਆ ਕਿ ਅਸੀਂ ਦਰਬਾਰ ਸਾਹਿਬ ਦਾ ਵਿਰਾਸਤੀ ਲਾਂਘਾ ਕਮਾਲ ਦਾ ਬਣਾ ਦਿੱਤਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ 500 ਕਰੋੜ ਰੁਪਈਏ ਦੇ ਵਿੱਚ ਇਹ ਵਿਰਾਸਤੀ ਲਾਂਘਾ ਬਣਾਇਆ ਸੀ। ਸੱਚੀ ਮੁੱਚੀ ਦੇਖਣ ਯੋਗ ਹੈ ਇਹ ਲਾਂਘਾ, ਬੜਾ ਸੋਹਣਾ ਹੈ। ਥਾਂ ਥਾਂ 'ਤੇ LED ਸਕਰੀਨਾਂ ਲਾਈਆਂ ਗਈਆਂ। ਇਹ ਗੱਲ ਵੱਖਰੀ ਹੈ ਵੀ ਪਿੱਛੇ ਜਿਹੇ ਵਿਵਾਦ ਪੈਦਾ ਹੋ ਗਿਆ ਸੀ ਕਿ ਇਹਨਾਂ ਸਕਰੀਨਾਂ ਦੇ ਉੱਤੇ ਸ਼ਰਾਬ ਦੀ ਇਸ਼ਤਿਹਾਰਬਾਜ਼ੀ ਕਿਹੜੀ ਗੱਲੋਂ ਕੀਤੀ ਜਾ ਰਹੀ ਹੈ। ਬਾਅਦ ਦੇ ਵਿੱਚ ਪਤਾ ਲੱਗਾ ਸੀ ਵੀ ਜਿਹੜੀ ਕੰਪਨੀ ਨੂੰ ਇਹ ਸਾਰਾ ਸਿਸਟਮ ਸੌਂਪਿਆ ਗਿਆ, ਕੰਮਕਾਜ ਸੌਂਪਿਆ ਗਿਆ, ਉਹਦੇ ਨਾਲ ਜਿਹੜਾ ਲਿਖਤੀ ਇਕਰਾਰ ਕੀਤਾ ਗਿਆ ਉਹਦੇ ਵਿੱਚ ਕਿਤੇ ਇਹ ਸ਼ਰਤ ਲਾਗੂ ਨਹੀਂ ਕੀਤੀ ਗਈ ਕਿ ਭਾਈ ਤੁਸੀਂ ਕਿਹੜੀ ਇਸ਼ਤਿਹਾਰਬਾਜ਼ੀ ਕਰ ਸਕਦੇ ਹੋ ਕਿਹੜੀ ਨਹੀਂ, ਉਹ ਮਰਜ਼ੀ ਕਰ ਸਕਦੀਆਂ ਕੰਪਨੀਆਂ। ਪਰ ਹਾਲ ਦੀ ਘੜੀ ਰੋਕ ਲਾਈ ਗਈ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਵੀ ਇਤਰਾਜ਼ ਸੀ, ਪੰਜਾਬ ਸਰਕਾਰ ਵੀ ਕਸੂਤੀ ਫਸੀ ਸੀ ਅਤੇ ਕੈਪਟਨ ਦੀ ਸਰਕਾਰ ਅਤੇ ਅਕਾਲੀ ਦਲ ਦੇ ਜਿਹੜੇ ਮੰਤਰੀ ਸੀ ਸਾਬਕਾ, ਉਹ ਆਪਸ ਦੇ ਵਿੱਚ ਇਸ ਮੁੱਦੇ ਦੇ ਉੱਤੇ ਫਸ ਵੀ ਪਏ ਸੀ। ਹੁਣ ਪਤਾ ਲੱਗਾ ਵੀ 500 ਕਰੋੜ ਦਾ ਇਹ ਵਿਰਾਸਤੀ ਲਾਂਘਾ ਹੋਵੇ ਅਤੇ ਇਹਦੇ ਉੱਤੇ ਲੰਘਣ ਵਾਲੇ ਜਿਹੜੇ ਦੁਨੀਆ ਭਰ ਤੋਂ ਆਉਂਦੇ ਨੇ ਸੈਲਾਨੀ, ਇੱਥੇ ਸ਼ਰਧਾਲੂ ਆਉਂਦੇ ਨੇ ਨਤਮਸਤਕ ਹੋਣ ਦੇ ਲਈ ਦਰਬਾਰ ਸਾਹਿਬ ਦੇ ਵਿੱਚ, ਉਹ ਬੜੇ ਡਰੇ ਰਹਿੰਦੇ ਨੇ ਕਿਉਂਕਿ ਇੱਥੇ ਅਵਾਰਾ ਕੁੱਤਿਆਂ ਦੀ ਭਰਮਾਰ ਹੋਈ ਪਈ ਹੈ, ਜੇਬ ਕਤਰੇ ਬੜੇ ਫਿਰਦੇ ਨੇ, ਮੰਗਤਿਆਂ ਦੀ ਭਰਮਾਰ ਆ ਇੱਥੇ। ਇਸ ਕਰਕੇ ਇਸ ਲਾਂਘੇ ਨੂੰ ਬਚਾਉਣ ਦੇ ਲਈ ਇਹਨਾਂ ਗੱਲਾਂ ਦੇ ਵੱਲ ਵੀ ਖਿਆਲ ਕਰਨ ਦੀ ਲੋੜ ਹੈ ਅਤੇ ਵੇਰਵਾ ਇਸ ਰਿਪੋਰਟ ਦਾ ਇਸ ਤਰੀਕੇ ਨਾਲ ਕਿ ਕਰੋੜਾਂ ਰੁਪਈਆ ਖਰਚ ਕੇ ਬਣਾਏ ਗਏ ਵਿਰਾਸਤੀ ਮਾਰਗ ਦੇ ਉੱਤੇ ਮੰਗਤਿਆਂ ਅਤੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ, ਇਸ ਕਰਕੇ ਵਿਰਾਸਤੀ ਮਾਰਗ ਉੱਤੇ ਗੰਦਗੀ ਪੈਣ ਨਾਲ ਸੈਲਾਨੀਆਂ ਦੇ ਉੱਤੇ ਮਾੜਾ ਪ੍ਰਭਾਵ ਪੈ ਰਿਹਾ। ਅਕਾਲੀ ਸਰਕਾਰ ਵੱਲੋਂ ਲਗਭਗ 500 ਕਰੋੜ ਰੁਪਏ ਖਰਚ ਕਰਕੇ ਇਹ ਵਿਰਾਸਤੀ ਮਾਰਗ ਬਣਾਇਆ ਗਿਆ ਸੀ ਜੋ ਲਗਭਗ 125 ਕਿਲੋਮੀਟਰ ਲੰਮਾ ਹੈ ਅਤੇ ਹਰਿਮੰਦਰ ਸਾਹਿਬ ਨੂੰ ਜਾਣ ਵਾਲਾ ਪ੍ਰਮੁੱਖ ਮਾਰਗ ਹੈ। ਇਸ ਵਿਰਾਸਤੀ ਮਾਰਗ ਵਿੱਚ ਵਾਹਨਾਂ ਦੀ ਆਵਾਜਾਈ ਰੋਕੀ ਗਈ ਸੀ, ਪਰ ਹੁਣ ਸਮੇਂ ਦੇ ਨਾਲ ਨਿਯਮਾਂ ਵਿੱਚ ਢਿੱਲ ਹੋਣ ਕਰਕੇ ਇੱਥੇ ਵਾਹਨ ਵੀ ਚੱਲ ਰਹੇ ਨੇ। ਵਿਰਾਸਤੀ ਮਾਰਗ ਉੱਤੇ ਮੰਗਤਿਆਂ ਦੇ ਝੁੰਡ ਵੀ ਦੇਖੇ ਜਾ ਸਕਦੇ ਨੇ ਜੋ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਘੇਰ ਲੈਂਦੇ ਨੇ ਅਤੇ ਛੇਤੀ ਉਹਨਾਂ ਦਾ ਪਿੱਛਾ ਨਹੀਂ ਛੱਡਦੇ। ਇਹਨਾਂ ਮੰਗਤਿਆਂ ਵਿੱਚ ਵਧੇਰੇ ਔਰਤਾਂ ਅਤੇ ਬੱਚੇ ਸਿਹਤਮੰਦ ਨੇ, ਪਰ ਭੀਖ ਮੰਗਣ ਦੀ ਆਦਤ ਹੋਣ ਕਰਕੇ ਸ਼ਰਧਾਲੂਆਂ ਨੂੰ ਉਹ ਤੰਗ ਪਰੇਸ਼ਾਨ ਕਰਦੇ ਨੇ। ਇਸੇ ਤਰ੍ਹਾਂ ਅਵਾਰਾ ਕੁੱਤੇ ਵੀ ਵੱਡੀ ਗਿਣਤੀ ਦੇ ਵਿੱਚ ਵਿਰਾਸਤੀ ਮਾਰਗ 'ਤੇ ਦੇਖੇ ਜਾ ਸਕਦੇ ਨੇ ਜੋ ਗੰਦਗੀ ਫੈਲਾਉਂਦੇ ਨੇ। ਵਿਰਾਸਤੀ ਮਾਰਗ ਵਿੱਚ ਸ਼ਰਧਾਲੂਆਂ ਦੀ ਭਾਰੀ ਆਮਦ ਹੋਣ ਕਰਕੇ ਜੇਬਾਂ ਕੱਟਣ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ, ਭਾਵੇਂ ਘਰ ਦੀ ਗੱਲ ਕਰੀਏ ਭਾਵੇਂ ਬਾਹਰ ਦੀ ਗੱਲ ਕਰੀਏ, ਕੋਈ ਵੀ ਜਦੋਂ ਨਿਯਮ ਬਣਦਾ ਉਹ ਕੁਝ ਹਫ਼ਤਿਆਂ ਲਈ, ਕੁਝ ਮਹੀਨਿਆਂ ਦੇ ਲਈ ਤਾਂ ਬੜਾ ਵਧੀਆ ਤਰੀਕੇ ਨਾਲ ਚੱਲਦਾ, ਪਰ ਉਸ ਤੋਂ ਬਾਅਦ ਉਹਦੇ ਵਿੱਚ ਕਈ ਕਿਸਮ ਦੀਆਂ ਊਣਤਾਈਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹ ਨਿਯਮਾਂ ਜਿਹੜੇ ਉਹ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਅਤੇ ਢਿੱਲ ਮੱਠ ਦੇ ਸ਼ਿਕਾਰ ਹੋ ਜਾਂਦੇ ਨੇ, ਜਿਹਦੇ ਕਰਕੇ ਗੱਲ ਪਹਿਲਾਂ ਵਾਲੀ ਥਾਂ ਦੇ ਉੱਤੇ ਮੁੜ ਕੇ ਆ ਜਾਂਦੀ ਹੈ। ਜੇਕਰ 500 ਕਰੋੜ ਰੁਪਈਆ ਆਪਾਂ ਵਿਰਾਸਤੀ ਲਾਂਘੇ ਦੇ ਉੱਤੇ ਲਾਇਆ ਤਾਂ ਸ਼੍ਰੋਮਣੀ ਕਮੇਟੀ ਨੂੰ ਵੀ ਅਤੇ ਇਸ ਵਕਤ ਦੀ ਮੌਜੂਦਾ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਇਸ ਲਾਂਘੇ ਨੂੰ ਸਾਫ਼ ਸੁਥਰਾ ਰੱਖਿਆ ਜਾਵੇ। ਜਿਹੜੀ ਸੋਚ ਦੇ ਤਹਿਤ ਇਹ ਲਾਂਘਾ ਬਣਾਇਆ ਗਿਆ ਵੀ ਜਦੋਂ ਵਿਦੇਸ਼ਾਂ ਦੇ ਵਿੱਚੋਂ ਕੋਈ ਵੀ ਆਉਂਦਾ, ਦੂਰ ਦੁਰਾਡੀ ਥਾਂ ਤੋਂ ਆਉਂਦਾ, ਉਹ ਇੱਕਦਮ ਖਿੱਚਿਆ ਜਾਵੇ ਇਸ ਲਾਂਘੇ ਨੂੰ ਦੇਖ ਕੇ ਵੀ ਕਮਾਲ ਦੀ ਚੀਜ਼ ਬਣਾਈ ਗਈ ਹੈ, ਤਾਂ ਇਸ ਕਮਾਲ ਨੂੰ ਬਰਕਰਾਰ ਰੱਖਣਾ ਸ਼੍ਰੋਮਣੀ ਕਮੇਟੀ ਦਾ ਅਤੇ ਕਾਂਗਰਸ ਦੀ ਸਰਕਾਰ ਦਾ ਪਹਿਲਾ ਕਦਮ ਹੈ। ਇਹਨਾਂ ਨੂੰ ਸੋਚਣਾ ਚਾਹੀਦਾ ਇਹਦੇ ਬਾਬਤ। ਜੇਕਰ ਇੱਥੇ ਅਵਾਰਾ ਕੁੱਤੇ ਰਹਿਣਗੇ, ਇੱਥੇ ਜੇਬ ਕਤਰਿਆਂ ਦੀ ਭਰਮਾਰ ਰਹੇਗੀ, ਇੱਥੇ ਮੰਗਤੇ ਸ਼ਰਧਾਲੂਆਂ ਨੂੰ ਖੱਜਲ ਖੁਆਰ ਕਰਨਗੇ, ਕਿਉਂਕਿ ਜਿਹੜੇ ਸ਼ਰਧਾਲੂਆਂ ਨੂੰ ਮੰਗਤੇ ਚਿੰਬੜਦੇ ਨੇ, ਉਹ ਜੋ ਕਵਾਂਗ ਹੀ ਚਿੰਬੜ ਜਾਂਦੇ ਨੇ ਕਿ 5 ਰੁਪਈਏ ਦੇ ਦੇ, 10 ਰੁਪਈਏ ਦੇ ਦੇ, ਉਹਨਾਂ ਨੂੰ ਤੁਸੀਂ ਮਗਰੋਂ ਲਾਹ ਨਹੀਂ ਸਕਦੇ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਭਵਿੱਖ ਦੇ ਵਿੱਚ ਅਸੀਂ ਇਹਨਾਂ ਮੰਗਤਿਆਂ ਦੇ ਲਈ ਇੱਕ ਵੱਖਰੀ ਕਲੋਨੀ ਬਣਾਵਾਂਗੇ, ਇਹਨਾਂ ਨੂੰ ਸ਼ਹਿਰ ਦੇ ਵਿੱਚੋਂ ਪਰੇ ਰੱਖਾਂਗੇ, ਇਸ ਗੱਲ ਨੂੰ ਅਮਲੀ ਤੌਰ ਦੇ ਉੱਤੇ ਵੀ ਲਾਗੂ ਕੀਤਾ ਜਾਵੇ। ਇਸ ਵਕਤ ਦਰਬਾਰ ਸਾਹਿਬ ਦੇ ਵਿੱਚ ਹਰ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ, ਉਹਨਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ, ਉਹਨਾਂ ਦੀ ਸੁਰੱਖਿਆ ਦਾ ਖਿਆਲ ਰੱਖਿਆ ਜਾਵੇ, ਸਾਫ਼ ਸਫਾਈ ਦਾ ਖਿਆਲ ਰੱਖਿਆ ਜਾਵੇ ਸੜਕਾਂ ਦਾ, ਇਸ ਗੱਲ ਦੀ ਬਹੁਤ ਵੱਡੀ ਜ਼ਰੂਰਤ ਹੈ। ਖਬਰਾਂ ਕੁਝ ਹੋਰ ਵੀ ਸਨ ਦੋਸਤੋ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।